ਪ੍ਰਿੰਸੀਪਲ ਨੂੰ ਬੁਲਾ ਤੂੰ ਚਾਹੇ ਤਾਂ ਪ੍ਰਿੰਸੀਪਲ ਨੂੰ ਬੁਲਾ ਪੇਰੈਂਟਸ ਅੰਦਰ ਹੈਗੇ ਆ ਕਿ ਕੀ ਇਹਦਾ ਸੀ ਯਾਰ ਸਾਡੇ ਬੱਚੇ ਰੋ ਰਹੇ ਅੰਦਰੋਂ ਫੋਨ ਆ ਰਿਹਾ ਲੁਧਿਆਣੇ ਦੇ ਦੁਗਰੀ ਸਥਿਤ ਇੱਕ ਨਿੱਜੀ ਸਕੂਲ ਦੇ ਵਿੱਚ ਵੱਡਾ ਹੰਗਾਮਾ ਹੋ ਗਿਆ। ਦੱਸਦੀਏ ਕਿ ਇਸ ਸਕੂਲ ਦੇ ਵੱਲੋਂ 11 ਟੀਚਰ ਕੱਢੇ ਗਏ ਨੇ ਜਿਹਨੂੰ ਲੈ ਕੇ ਹੰਗਾਮਾ ਹੋਇਆ। ਦੱਸਦੀਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਦੇ ਵਿੱਚ ਜੰਮ ਕੇ ਹੰਗਾਮਾ ਕੀਤਾ ਜਿਹਦੇ ਵਿੱਚ ਦੱਸਿਆ ਜਾ ਰਿਹਾ 11 ਟੀਚਰਾਂ ਨੂੰ ਸਕੂਲ ਦੇ ਵਿੱਚੋਂ ਬਿਨਾਂ ਕਿਸੇ ਵਜ੍ਹਾ ਦੇ ਕੱਢਿਆ ਗਿਆ। ਉੱਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਪੜ੍ਹਾਏ ਜਾਣ ਦੀ ਮੰਗ ਕੀਤੀ ਹੈ, ਉਹਨਾਂ ਤੋਂ ਹੀ ਪੜ੍ਹਨ ਦੀ ਗੱਲ ਕੀਤੀ ਹੈ, ਉੱਥੇ ਹੀ ਉਹਨਾਂ ਨੇ ਦੌਰਾਨ ਰੋਸ ਵੀ ਪ੍ਰਗਟ ਕੀਤਾ। ਸੋ ਰੋਸ ਪ੍ਰਦਰਸ਼ਨ ਦੌਰਾਨ ਹੰਗਾਮੇ ਭਰੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ, ਜਿਹਦੇ ਚੱਲਦਿਆਂ ਸਕੂਲ ਦੇ ਅੰਦਰ ਮਾਪਿਆਂ ਨੂੰ ਨਾ ਵੜਨ ਦੇ ਕਰਕੇ ਉਹਨਾਂ ਦੇ ਵੱਲੋਂ ਤੋੜ ਭੰਨ ਵੀ ਕੀਤੀ ਗਈ ਹੈ। ਉੱਧਰ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਕੀ ਗੱਲਬਾਤ ਹੋਈ ਹੈ, ਬੱਚੇ ਪੇਰੈਂਟਸ ਰੋਲਾ ਪਾ ਰਹੇ ਹੈ? ਇਹ ਜਿਹੜੇ ਡਾਇਰੈਕਟਰ ਸਾਹਿਬ ਕਹਿੰਦੇ ਵੀ ਜਿਹੜਾ ਬੱਚਾ 150 ਤੋਂ ਬੱਚਾ ਘੱਟ ਗਿਆ 150 ਪਲੱਸ, ਉਹਦੇ ਕਰਕੇ ਇਹਨਾਂ ਨੇ 8-9 ਟੀਚਰ ਜਿਹੜੇ ਸਰਪਲਸ ਕਰਤੇ ਜੀ, ਉਹਦੇ ਕਰਕੇ ਜਿਹੜੇ ਪੇਰੈਂਟਸ ਨੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ 'ਤੇ ਡਿਫੈਕਟ ਪੈ ਰਿਹਾ ਜੀ, ਇਹਦੇ ਕਰਕੇ ਉਹ ਇਸ ਦੌਰਾਨ ਗੱਲਬਾਤ ਕਰਦਿਆਂ ਟੀਚਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਜਿੱਥੇ 11 ਟੀਚਰਾਂ ਨੂੰ ਬਿਨਾਂ ਵਜ੍ਹਾ ਸਕੂਲ ਤੋਂ ਕੱਢਿਆ ਗਿਆ ਉੱਥੇ ਹੀ ਬੱਚਿਆਂ ਦਾ ਸੈਸ਼ਨ ਵੀ ਖਰਾਬ ਹੋ ਰਿਹਾ। ਉਹਨਾਂ ਜ਼ਿਕਰ ਕੀਤਾ ਫਾਈਨਲ ਪੇਪਰ ਨੇ ਜਿਹਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਇਸਦਾ ਖਾਸਾ ਅਸਰ ਪਵੇਗਾ। ਰਾਜਿੰਦਰ ਸਿੰਘ, ਕੀ ਹੋਇਆ ਜੀ ਆ ਸਕੂਲ ਦੇ? ਪਤਾ ਨਹੀਂ ਹੁਣ ਬੇਟੀ ਦਾ ਫੋਨ ਆਇਆ ਵਾ ਕਿ ਸਕੂਲ ਦੇ ਮੈਂ ਪਤਾ ਨਹੀਂ ਟੀਚਰਾਂ ਨੂੰ ਪਹਿਲੇ ਸਕੂਲ ਬੱਸ ਵਾਲਿਆਂ ਨਾਲ ਰੋਲਾ ਪਾ ਲਿਆ ਇਹਨਾਂ ਨੇ, ਠੀਕ ਹੈ ਨਾ, ਹੁਣ ਟੀਚਰਾਂ ਨਾਲ ਪਤਾ ਨਹੀਂ ਕੀ ਰੋਲਾ ਪਾ ਲਿਆ ਵਾ, ਸਾਡੇ ਬੱਚੇ ਅੰਦਰ ਹੋ ਰਹੇ ਨੇ, ਹੁਣ ਗੇਟ ਨਹੀਂ ਖੋਲਦੇ ਪਏ, ਡਰਾਮੇ ਕਰਦੇ ਪਏ, ਗੇਟ ਖੜਕਾ ਰਹੇ ਹੋ, ਖੋਲ ਨਹੀਂ ਰਹੇ, ਬਹਿਸ ਵੀ ਹੋ ਰਹੀ ਹੈ, ਕੀ ਚੱਕਰ ਕੀ ਹੈ? ਗੇਟ ਹੀ ਨਹੀਂ ਖੋਲਦੇ ਪਏ, ਅੰਦਰ ਜਾਈਏ ਤਾਂ ਪਤਾ ਕਰੀਏ ਨਾ ਵੀ ਚੱਕਰ ਕੀ ਹੈ, ਕਿਉਂ ਨਹੀਂ ਰਹੇ ਸਰ? ਜਿੰਮੇਦਾਰ ਕੌਣ ਹੋਏਗਾ? 11 ਟੀਚਰਸ ਨੂੰ ਨੌਕਰੀ ਤੋਂ ਨਿਕਾਲਿਆ, ਉਹ ਟੀਚਰ ਰੋਲਾ ਪਾ ਰਹੀਆਂ ਨੇ ਕਿ ਸਾਨੂੰ ਕਿਉਂ ਨਿਕਾਲਿਆ, ਸਾਨੂੰ ਨੀ ਪਿਛਲੀ ਗੱਲ ਪਤਾ ਕਿਉਂ ਹੈ, ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚਿਆਂ ਦੀ ਬੌਂਡਿੰਗ ਹੋ ਚੁੱਕੀ ਹੈ ਟੀਚਰਸ ਦੇ ਨਾਲ, ਹੁਣ ਫਾਈਨਲ ਦਾ ਟਾਈਮ ਹੈ ਤੇ ਬੱਚੇ ਵੀ ਡਿਸਟਰਬ ਹੋਣਗੇ ਟੀਚਰਸ ਵੀ। ਕੋਈ ਕੰਪਲੇਂਟ ਵਗੈਰਾ ਕੀਤੀ ਤੁਸੀਂ? ਨਹੀਂ, ਅਸੀਂ ਕੀ ਕੰਪਲੇਂਟ, ਜਿਵੇਂ ਗੇਟ ਨਹੀਂ ਖੋਲ ਰਹੇ ਹੁਣ ਤੁਹਾਡੀ ਬਹਿਸ ਵੀ ਹੋ ਰਹੀ ਹੈ? ਨਹੀਂ, ਅਸੀਂ ਤਾਂ ਕੁਝ ਨਹੀਂ ਕਿਹਾ, ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚੇ ਅੰਦਰ ਰੋ ਰਹੇ, ਕਿਉਂ ਰੋ ਰਹੇ? ਬੱਚਿਆਂ ਨੇ ਘਰੋਂ ਕਾਲ ਕੀਤੀ ਹੈ, ਮੈਂ ਉਦਾਂ ਹੀ ਆ ਗਈ ਕਿ ਕੀ ਗੱਲ ਹੋਈ, ਕੋਈ ਅੰਦਰ ਮਾਹੌਲ ਖਰਾਬ ਹੋਇਆ, ਕੀ ਗੱਲ ਹੈ, ਬੱਚਿਆਂ ਨੂੰ ਕੀ ਪ੍ਰੋਬਲਮ ਹੈ, ਸਾਨੂੰ ਬੱਚਿਆਂ ਨੂੰ ਮਿਲਾਂਗੇ ਤਾਂ ਪਤਾ ਲੱਗੇ। ਮੈਂ ਇੱਥੇ ਪਿਛਲੇ ਮਾਰਚ 'ਚ ਜੁਆਇਨ ਕੀਤਾ ਸੀ ਡਾਂਸ ਟੀਚਰ ਐਜ਼ ਆ, ਤੇ ਜਿੰਨੇ ਵੀ ਨਾਲ ਖੜੇ ਆ ਸਾਡੇ ਸਾਰਿਆਂ ਨੇ ਐਜ਼ ਆ ਟੀਚਰ ਜੁਆਇਨ ਕੀਤਾ ਹੋਇਆ, ਕੋਈ ਇੰਗਲਿਸ਼ ਟੀਚਰ ਹੈ, ਕੋਈ ਪੰਜਾਬੀ ਟੀਚਰ ਹੈ, ਕੋਈ ਮੈਥ ਟੀਚਰ ਹੈ, ਤੇ ਇਹਨਾਂ ਨੇ ਰੀਸੈਂਟਲੀ ਇੱਕ ਦਿਨ ਪਹਿਲਾਂ ਬੁਲਾ ਕੇ ਕਿਹਾ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਉਣਾ, 12 ਟੀਚਰਸ ਇਹਨਾਂ ਨੇ ਇੱਕਦਮ ਕੱਢਤੇ ਵਿਦਆਊਟ ਐਨੀ ਰੀਜ਼ਨ, ਤੇ ਸਾਨੂੰ ਇਨਸਾਫ ਚਾਹੀਦਾ ਸਰ। ਤੇ ਬੱਚਿਆਂ ਦਾ ਕੀ ਮੈਟਰ ਹੈ ਜੀ? ਸਰ ਬੱਚੇ ਕਹਿ ਰਹੇ ਹਨ ਟੀਚਰਸ ਕਮ ਬੈਕ ਕਰ ਰਹੇ ਸੀ ਰੋਲਾ ਬਾਰੇ, ਬੱਚੇ ਰੋ ਰਹੇ, ਅੰਦਰ ਵੀ ਫੋਨ ਆਇਆ, ਕੀ ਬੱਚਿਆਂ ਦਾ? ਸਰ ਬੱਚੇ ਦਾ ਇਹ ਮੈਟਰ ਹੈ ਕਿ ਸਾਨੂੰ ਸਾਡੇ ਡਾਂਸ ਟੀਚਰ, ਸਾਨੂੰ ਸਾਡੇ ਮੈਥ ਟੀਚਰ, ਸਾਡੇ ਇੰਗਲਿਸ਼ ਟੀਚਰ, ਸਾਡੇ ਕਲਾਸ ਟੀਚਰ ਚਾਹੀਦੀਆਂ ਵਾਪਸ, ਕਿਉਂਕਿ ਇੱਥੇ ਸਕੂਲ 'ਚ ਸਰ ਹਮੇਸ਼ਾ ਹੀ ਐਵੇਂ ਹੁੰਦਾ ਕਿ ਟੀਚਰਸ ਨੂੰ ਵਿਦਆਊਟ ਐਨੀ ਰੀਜ਼ਨ 3-6 ਮਹੀਨੇ ਬਾਅਦ ਕੱਢ ਦਿੱਤਾ ਜਾਂਦਾ, ਲਾਸਟ ਸੈਸ਼ਨ ਤੇ ਆ ਕੇ ਇਹਨਾਂ ਲਾਸਟ ਸੈਸ਼ਨ 'ਚ ਕੱਢ ਦਿੰਦੇ ਨੇ। ਡੀ ਕਲਾਸ ਹੈ ਜੀ, ਐਨਏ ਨੇ ਪਰਸੋਂ 12 ਟੀਚਰਾਂ ਬੇਮਤਲਬ ਕਰਦੀਆਂ, ਬਿਨ ਬੁਲਾਏ ਫੋਨ ਕੀਤਾ ਟੀਚਰਾਂ, ਇਹਨਾਂ ਨੇ ਇੱਕਦਮ ਟੀਚਰਾਂ ਕੱਢਤੀਆਂ, ਤੇ ਫੀਸ ਇੰਨੀਆਂ ਨਹੀਂ ਹੈਗੀ ਸਾਡੇ ਸਕੂਲ ਦੀ, ਅਸੀਂ ਪੜ੍ਹਾਈ ਕਿਵੇਂ ਕਰਾਂਗੇ, ਤੁਸੀਂ ਐਂਡ ਸੈਸ਼ਨ ਦੇ ਤੁਸੀਂ ਟੀਚਰਸ ਕੱਢਦੀਆਂ ਨੇ,
ਹੁਣ ਅਸੀਂ ਪੜ੍ਹਾਈ ਕਿਵੇਂ ਕਰ ਸਕਦੇ ਜੇ ਤੁਸੀਂ ਟੀਚਰ ਨਹੀਂ ਤੁਹਾਡੀ ਕਲਾਸ 'ਚ ਫਿਰ ਟੀਚਰ ਸਾਡੀ ਨਹੀਂ ਹੁਣ ਪਿਛਲੇ ਮਹੀਨੇ ਆ ਜਾਣੇ ਨੇ ਇਹਨੇ ਹੁਣੀ ਪ੍ਰਿੰਸੀਪਲ ਟੀਚਰਸ ਕਰਦੇ ਹੁਣ ਇਹਨੇ ਜਿਹੜੇ ਹੁਣ ਸਾਨੂੰ ਸਮਝ ਆਊਗਾ ਆਪਾਂ ਤਾਂ ਉਹਨਾਂ ਦੀ ਪੜ੍ਹਾਂਗੇ ਹੋਰ ਕਿਤੇ ਤਾਂ ਜਾਵਾਂਗੇ ਨਹੀਂ ਹੁਣ ਤੁਸੀਂ ਐਨਵੇਂ ਕਿ ਟੀਚਰ ਕੱਢੇ ਹੋ ਸਾਡੀ ਅੱਗੇ ਦੀ ਪੜ੍ਹਾਈ ਕਿਵੇਂ ਸਬਜੈਕਟ ਵੀ ਬਿਲਕੁਲ ਫੜ ਪਾਊਗਾ ਫਿਰ ਕਲਾਸ ਇਧਰ ਵੀ ਕੱਢਦੇ ਪਏ ਜਿਹੜੀ ਤੁਹਾਨੂੰ ਸਾਨੂੰ ਸਪੋਰਟ ਕਰਦੀ ਹੈ ਹੁਣ ਤੁਸੀਂ ਉਧਰ ਸਕੂਲ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਹੈ ਕਿ ਬੱਚਿਆਂ ਤੇ ਮਾਪਿਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿਹਾ ਕਿ ਇਹ ਬਿਨਾਂ ਵਜ੍ਹਾ ਰੋਸ ਕੀਤਾ ਜਾ ਰਿਹਾ ਉਹਨਾਂ ਕਿਹਾ ਟੈਂਪਰੇਰੀ ਤੌਰ ਤੇ ਰੱਖੀਆਂ ਟੀਚਰਾਂ ਜਿਨ੍ਹਾਂ ਦੇ ਵੱਲੋਂ ਕਈ ਸ਼ਿਕਾਇਤਾਂ ਮਿਲਣ ਤੇ ਇਹਨਾਂ ਨੂੰ ਕੱਢਿਆ ਗਿਆ ਉਹਨਾਂ ਕਿਹਾ ਬੱਚਿਆਂ ਦੀ ਪੜ੍ਹਾਈ ਸਹੀ ਨਾ ਹੋਣ ਦੇ ਚਲਦਿਆਂ ਇਹਨਾਂ ਨੂੰ ਕੱਢਿਆ ਗਿਆ ਅਤੇ ਨਵੀਆਂ ਟੀਚਰਾਂ ਇਹਨਾਂ ਦੀ ਜਗ੍ਹਾ ਤੇ ਭਰਤੀ ਕੀਤੀਆਂ ਗਈਆਂ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਲਈ ਉਹ ਨਵੀਆਂ ਟੀਚਰਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਕੀ ਹੋਇਆ ਜੀ ਤੁਹਾਡਾ ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਮੇਰਾ ਨਾਮ ਗਜਨ ਸਿੰਘ ਸਿੰਧ ਹੈ ਜੀ ਮੈਂ ਡਾਇਰੈਕਟਰ ਹਾਂ ਸਕੂਲ ਦਾ ਜੀ ਸਰ ਬੱਚੇ ਵੀ ਪੜ੍ਹਾਈ ਖਰਾਬ ਹੋ ਰਹੀ ਕਿਤੇ ਨਾ ਕਿਤੇ ਉਹ ਕਹਿੰਦੇ ਟੀਚਰਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਨੇ ਵੀ ਨਵੀਆਂ ਟੀਚਰਾਂ ਨੂੰ ਉਹ ਨੌਲੇਜ ਨਹੀਂ ਹੈਗੀ ਜਿਹੜੀ ਇੰਨੀ ਵੀ ਜਿਹੜੀਆਂ ਪੁਰਾਣੀਆਂ ਟੀਚਰਾਂ ਪੇਪਰ ਦਿੱਤੇ ਨੇ ਗੱਲ ਇਹ ਹੈ ਜੀ ਜਿਹੜੀਆਂ ਬਿਲੋ ਐਵਰੇਜ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪ੍ਰੋਬੇਸ਼ਨ ਤੇ ਟੀਚਰਾਂ ਸੀਗੀਆਂ ਪਰਮਾਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ੍ਰਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੈਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਪੜ੍ਹਾਉਂਦੇ ਇਹ ਸਾਡੇ ਬੱਚਿਆਂ ਦੇ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਸਰ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਸੀ ਉਹ ਕਹਿੰਦੇ ਬੱਚੇ ਜਿਹੜੀਆਂ ਦੂਜੀਆਂ ਟੀਚਰਾਂ ਨੇ ਪੇਪਰ ਸਿਰਤੇ ਨੇ ਸਬਜੈਕਟ ਜਿਹੜੇ ਐਂ ਜੇ ਬ੍ਰਦਰ ਉਹਦੀ ਗੱਲ ਹੈ ਕਿ ਬੱਚਿਆਂ ਨੂੰ ਤੇ ਉਕਸਾ ਲਓ ਜਿਸ ਤਰ੍ਹਾਂ ਮਰਜ਼ੀ ਉਕਸਾ ਲਓ ਬੱਚੇ ਆ ਉਹਨਾਂ ਨੂੰ ਕੀ ਪਤਾ ਬੱਚੇ ਹੀ ਪਰੇਸ਼ਾਨ ਨੇ ਮਨੇ ਜਿਵੇਂ ਗੇਟ ਨਹੀਂ ਖੋਲਿਆ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲਿਆ ਸਭ ਤੋਂ ਪਹਿਲਾਂ ਇਹਦੇ ਵਾਸਤੇ ਗੇਟ ਨਹੀਂ ਖੁੱਲਿਆ ਇਹ ਗਲਤ ਗੱਲ ਹੈ ਪੇਰੈਂਟਸ ਗੇਟ ਖੜਕਾ ਦੇ ਨਾ ਨਾ ਪੇਰੈਂਟਸ ਤੇ ਹੰਗਾਮਾ ਕਰ ਰਹੇ ਪੇਰੈਂਟ ਨੇ ਸ਼ੀਸ਼ੇ ਤੋੜੇ ਆ ਕੌਣ ਜ਼ਿੰਮੇਵਾਰ ਦੱਸੋ ਉਹਨਾਂ ਦਾ ਕੀ ਐਕਸ਼ਨ ਲਓਗੇ ਤੁਸੀਂ ਜਿਹੜੇ ਪੇਰੈਂਟ ਨੇ ਆਣ ਕੇ ਹੰਗਾਮਾ ਕੀਤਾ ਬਦਤਮੀਜ਼ੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁਲਾਉਣੀ ਪਈ ਆ ਇਹ ਇਹ ਕੋਈ ਤਰੀਕਾ ਬੈਕ ਸਾਈਡ ਦੇ ਸ਼ੀਸ਼ੇ ਟੁੱਟੇ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰ ਰਹੇ ਪੇਰੈਂਟਸ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪਰੇਰੀ ਟੀਚਰ ਹੈ ਉਹਨਾਂ ਨੇ ਸਾਡੇ ਕੋਲ ਸਕੂਲ ਦੇ ਰੂਲਸ ਐਂਡ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਵਿਦਆਊਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ